ਚੁਣੇ ਗਏ ਉਮੀਦਵਾਰ ਸੰਤੋਸ਼ ਸਿੰਘ ਚੌਧਰੀ ਜਲੰਧਰ ਪੁੱਜੇ। ਲੋਕ ਸਭਾ ਚੋਣਾਂ ਦੇ ਚੱਲਦੇ ਕਾਂਗਰਸ ਦੁਆਰਾ ਪਹਿਲੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਦੇ ਬਾਅਦ ਜਲੰਧਰ ਤੋਂ ਚੁਣੇ ਗਏ ਉਮੀਦਵਾਰ ਸੰਤੋਸ਼ ਸਿੰਘ ਚੌਧਰੀ ਦਿੱਲੀ ਤੋਂ ਅੱਜ ਜਦੋਂ ਜਲੰਧਰ ਰੇਲਵੇ ਸਟੇਸ਼ਨ ਪੁੱਜੇ ਤਾਂ ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਢੋਲ ਦੀ ਥਾਪ ਉੱਤੇ ਵਰਕਰਾਂ ਨੇ ਰੇਲਵੇ ਸਟੇਸ਼ਨ ਉੱਤੇ ਭੰਗੜਾ ਪਾ ਕੇ ਕਾਂਗਰਸ ਅਤੇ ਸੰਤੋਖ ਸਿੰਘ ਚੌਧਰੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਆਪਣੀ ਪਹਿਲੀ ਲਿਸਟ ਜਾਰੀ ਕਰਦੇ ਸਮੇਂ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ, ਜਿਸ ਵਿੱਚ 4 ਮੌਜੂਦਾ ਸੰਸਦ ਹਨ। ਸੰਤੋਖ ਸਿੰਘ ਚੌਧਰੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਟੀਨੂ ਨੂੰ ਹਰਾਇਆ ਸੀ। ਇਸ ਵਾਰ ਸੰਤੋਖ ਸਿੰਘ ਦੇ ਨਾਲ ਕਾਂਗਰਸ ਦੇ ਤੇਜ਼ ਤਰਾਰ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਹਾਈ ਕਮਾਨ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ। ਸੰਤੋਖ ਸਿੰਘ ਚੌਧਰੀ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਹੈ ਕਿ ਉਹਨਾਂ ਦਾ ਮੁੱਖ ਮੁੱਦਾ ਵਿਕਾਸ ਹੀ ਹੋਵੇਗਾ। ਪਾਰਲੀਮੈਂਟ ਦੇ ਅੰਦਰ ਔਰ ਪਾਰਲੀਮੈਂਟ ਦੇ ਬਾਹਰ ਉਹ ਮੈਂ ਲੈ ਕੇ ਜਾਊਂਗਾ, ਕਿਉਂਕਿ ਮੈਂ ਪਾਰਲੀਮੈਂਟ ਦੇ ਅੰਦਰ ਹਰ ਮੁੱਦਾ ਆਪਣੇ ਖੇਤਰ ਦਾ, ਹਰ ਮੁੱਦਾ ਆਪਣੇ ਪ੍ਰਾਂਤ ਦਾ, ਹਰ ਨੈਸ਼ਨਲ ਮੁੱਦਾ ਉੱਥੇ ਮੈਂ ਰੱਖਿਆ, ਕਿਸਾਨਾਂ ਦਾ ਰੱਖਿਆ, ਦਲਿਤਾਂ ਦਾ ਰੱਖਿਆ, ਨੌਜਵਾਨਾਂ ਦੇ ਰੱਖੇ, ਵੱਖ ਵੱਖ ਸਾਰੇ ਧਰਮ ਦੇ ਲੋਕਾਂ ਦੇ ਮੁੱਦੇ ਉੱਥੇ ਰੱਖੇ, ਔਰ ਇਸ ਦੇ ਨਾਲ ਨਾਲ ਵੱਡੇ ਵੱਡੇ ਪ੍ਰੋਜੈਕਟ ਆਦਮਪੁਰ ਏਅਰਪੋਰਟ ਵਰਗੇ ਮੈਂ ਲੈ ਕੇ ਆਇਆ, ਵੱਡੇ ਵੱਡੇ ਫਲਾਈਓਵਰਸ ਹੋਰ ਉਹ ਮੈਂ ਲੈ ਕੇ ਆਇਆ, ਔਰ ਉਹਨਾਂ ਨੂੰ ਮੈਂ ਲੋਕਾਂ ਤੱਕ ਲਿਜਾਊਂਗਾ, ਔਰ ਉਹਨਾਂ ਨੂੰ ਇਹ ਵੀ ਕਹੂੰਗਾ ਕਿ ਆਹ ਮੈਂ ਕਰ ਦਿੱਤਾ ਔਰ ਹੁਣ ਦੁਬਾਰਾ ਤੁਸੀਂ ਮੈਨੂੰ ਚੁਣ ਕੇ ਭੇਜੋਗੇ ਤਾਂ ਜਿਹੜੇ ਮੇਰੇ ਰਹਿ ਗਏ ਅਧੂਰੇ ਕੰਮ ਹੈ ਉਹਨਾਂ ਨੂੰ ਮੈਂ ਪੂਰਾ ਕਰਾਂਗਾ।